ਹਫਤੇ ਪਰਦੇ ਆਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਬਰਨ ਕੌਰ ਮਾਦ ਹਾਜ਼ਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਆਂ ਪੰਜਾਬ ਮੀਟੀਓ ਸਿਟੀ ਪਾਰਟੀਆਂ ਨੂੰ ਵੱਧ ਤੋਂ ਵੱਧ ਵੀਜ਼ਾ ਦੇਣ ਦੀ ਕੋਸ਼ਿਸ਼ ਇਹ ਸਾਡੀ ਸਭ ਤੋਂ ਵੱਡੀ ਤਰਜੀਹ ਅਮਰੀਕਾ ਦਾ ਬਿਆਨ ਚੰਗੇ ਭਵਿੱਖ ਦੀ ਤਲਾਸ਼ ਵਿੱਚ ਨਿਕਲੇ 750 ਲੋਕਾਂ ਦਾ ਭੂਮਤ ਸਾਗਰ ਦੀਆਂ ਲਹਿਰਾਂ ਨੇ ਡੋਬ ਦਿੱਤਾ ਵਰਤਮਾਨ ਪਾਰਟੀਆਂ ਲਈ ਖੁਸ਼ਖਬਰੀ ਅਮਰੀਕਾ H1B ਵੀਜ਼ਾ ਦੇ ਨਵੀਨੀਕਰਨ ਦੀ ਦੇਸ਼ ਵਿੱਚ ਹੀ ਕਰੇਗਾ ਸ਼ੁਰੂਆਤ ਕੈਨੇਡਾ 'ਚ ਤੱਕੇ ਨਾਲ ਦਾਖਲ ਹੋ ਰਹੇ ਵੱਡੀ ਗਿਣਤੀ 'ਚ ਭਾਰਤੀ ਰਿਪੋਰਟ ਆਈ ਸਾਹਮਣੇ ਕੈਲੀਫੋਰਨੀਆ ਲਿਆਂਦੇ ਪ੍ਰਵਾਸੀਆਂ ਨੇ ਕੁਝ ਲੋਕਾਂ ਤੇ ਧੋਖਾ ਕਰਨ ਦੇ ਲਾਇ ਦੋਸ਼ ਗੈਰ ਪ੍ਰਵਾਸੀਆਂ ਵਿਰੁੱਧ ਛਾਪੇਮਾਰੀ ਮੁਹਿੰਮ ਦੇ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੀਤੀ ਸ਼ਮੂਲੀਅਤ ਵੀ ਦੇਸ਼ਾਂ ਦੇ 105 ਲੋਕ ਗ੍ਰਿਫਤਾਰ ਅਮਰੀਕਾ ਬੰਗਲੌਰ ਤੇ ਅਹਮਦਾਬਾਦ ਅਤੇ ਭਾਰਤ ਸਿਆਟਲ 'ਚ ਖੋਲੇਗਾ ਵਣਜਦੂਤ ਘਰ ਉਦੇਸ਼ ਜਾਣ ਦੀ ਚਾਹਤ ਨੇ ਪੰਜਾਬ ਦੇ ਕਾਲਜ ਕੀਤੇ ਖਾਲੀ ਗ੍ਰੀਸ ਵਿੱਚ ਪ੍ਰਵਾਸੀ ਕਿਸ਼ਤੀ ਹਾਦਸੇ ਦੇ ਵਿੱਚ 300 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਮੌਤ ਯੂਨਾਨੀ ਕਿਸ਼ਤੀ ਹਾਦਸੇ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ 12 ਦੋਸ਼ੀ ਕੀਤੇ ਗ੍ਰਫਤਾਰ ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ ਭਾਰਤ ਵਿੱਚ ਪਹਿਲੀ ਵਾਰ ਕਿਸੇ ਵੀ V1 V2 ਬਿਨੇਕਾਰ ਨੂੰ ਆਸਤਨ 450 ਤੋਂ 600 ਦਿਨ ਉਡੀਕ ਕਰਨੀ ਪੈਂਦੀ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰਤ ਬੁਲਾਰੇ ਮੈਥਿਊ ਨੇ ਵੀਰਵਾਰ ਨੂੰ ਕਿਹਾ ਕੀ ਭਾਰਤ ਵਿੱਚ ਅਮਰੀਕੀ ਕੌਂਸਲਰ ਟੀਮਾਂ ਵੱਧ ਤੋਂ ਵੱਧ ਵੀਜ਼ਾ ਅਰਜ਼ੀਆਂ ਤੇ ਕਾਰਵਾਈ ਕਰਨ ਦੇ ਲਈ ਜ਼ਬਰਦਸਤ ਦਬਾਅ ਬਣਾ ਰਹੀਆਂ ਨੇ ਉਹਨਾਂ ਨੇ ਇਸ ਨੂੰ ਯੂਐਸ ਸਰਕਾਰ ਦੇ ਲਈ ਸਭ ਤੋਂ ਵੱਧ ਤਰਜੀਹ ਕਿਹਾ ਅਤੇ ਮੰਨਿਆ ਕਿ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਇਹ ਪੁੱਛੇ ਜਾਣ ਤੇ ਕਿ ਇਮੀਗ੍ਰੇਸ਼ਨ ਅਤੇ ਵੀਜ਼ਾ ਮੁੱਦਿਆਂ ਨੂੰ ਲੈ ਕੇ ਅਮਰੀਕਾ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਤਾਂ ਮੈਥਿਊ ਨੇ ਕਿਹਾ ਵੀਜ਼ਾ ਤੇ ਸਾਡੀ ਕੌਂਸਲਰ ਟੀਮਾਂ ਕਈ ਮੁੱਦਿਆਂ ਨੂੰ ਸੰਭਾਲ ਰਹੀਆਂ ਨੇ ਦੂਬੱਲੇ ਸੰਬੰਧਾਂ ਲਈ ਮਹੱਤਮਪੂਰਨ ਵੀਜ਼ਾ ਸ਼੍ਰੇਣੀਆਂ ਸਮੇਤ ਭਾਰਤ ਵਿੱਚ ਵੱਧਤਵਤ ਅਰਜ਼ੀਆਂ ਤੇ ਕਾਰਵਾਈ ਕਰਨ ਲਈ ਵੱਡੀ ਕੋਸ਼ਿਸ਼ ਇਹ ਸਾਡੀ ਸਰਕਾਰ ਲਈ ਇੱਕ ਪ੍ਰਮੁੱਖ ਤਰਜੀਹ ਹੈ ਉਹਨਾਂ ਨੇ ਕਿਹਾ ਅਸੀਂ ਜਾਣਦੇ ਹਾਂ ਕਿ ਵੀਜ਼ਾ ਮੁੱਦੇ ਤੇ ਹੋਰ ਕੰਮ ਕਰਨਾ ਬਾਕੀ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ ਮੈਂ ਵਾਈਟ ਹਾਊਸ ਤੋਂ ਅੱਗੇ ਨਹੀਂ ਜਾਣਾ ਚਾਹੁੰਦਾ ਕਿ ਅਸੀਂ ਕਿਸ ਤਰ੍ਹਾਂ ਦੇ ਐਲਾਨ ਕਰ ਸਕਦੇ ਹਾਂ ਇੱਥੇ ਪ੍ਰੈਸ ਬਰੀਫਿੰਗ ਦੇ ਵਿੱਚ ਮੈਥਿਊ ਨੇ ਪਿਛਲੇ ਹਫ਼ਤੇ ਕਿਹਾ ਕਿ ਭਾਰਤ ਨਾਲ ਅਮਰੀਕਾ ਦੀ ਭਾਈਵਾਲੀ ਨੂੰ ਸਭ ਤੋਂ ਲਾਭਕਾਰੀ ਸਬੰਧਾਂ 'ਚੋਂ ਇੱਕ ਦੱਸਿਆ ਅਤੇ ਕਿਹਾ ਕਿ ਦੋਵੇਂ ਦੇਸ਼ ਸਭ ਤੋਂ ਮਹੱਤਵਪੂਰਨ ਤਰਜੀਹਾਂ ਤੇ ਮਿਲ ਕੇ ਕੰਮ ਕਰਦੇ ਨੇ ਆਖਰ ਕਦੋਂ ਇਹ ਮੌਤ ਦਾ ਖੇਡ ਬੰਦ ਹੋਏਗਾ ਜਦੋਂ ਕਿ ਹੁਣ ਤੱਕ ਭੂਮਤ ਸਾਗਰ ਹਜ਼ਾਰਾਂ ਲੋਕਾਂ ਦੇ ਘਰਾਂ ਦੇ ਚਿਰਾਗ ਸਦਾ ਵਾਸਤੇ ਬੁਝਾ ਚੁੱਕੇ ਪਰ ਫਿਰ ਵੀ ਬੇਰੁਜ਼ਗਾਰੀ ਦੇ ਝੰਬੇ ਲੋਕ ਜਾਨ ਦੀ ਪਰਵਾਹ ਕੀਤੇ ਬਿਨਾ ਛੋਟੀਆਂ ਕਿਸ਼ਤੀਆਂ ਦੇ ਵਿੱਚ ਜ਼ਿੰਦਗੀ ਦੀ ਵੱਡੀ ਯਾਤਰਾ ਕਰਨ ਨਿਕਲ ਤੁਰਦੇ ਨੇ ਇਹ ਉਹ ਸਫਰ ਹੈ ਜਿਹੜਾ ਸਿੱਧਾ ਮੌਤ ਦਾ ਮੂੰਹ ਚੋਂ ਹੋ ਕੇ ਗੁਜ਼ਰਦਾ ਹੈ ਅਜਿਹੇ ਹੀ ਸਫਰ ਤੇ ਬੀਤੇ ਦਿਨੀ ਪੰਦੀ ਬਣ ਗਏ ਉਹ ਔਰਤਾਂ ਮਰਦਾਂ ਸਮੇਤ ਸਾਡੇ ਚਾਂਸ ਤੋਂ ਯਾਤਰੀ ਜਿਨ੍ਹਾਂ ਵਿੱਚ 100 ਤੋਂ ਵੱਧ ਬੱਚੇ ਵੀ ਦੱਸੇ ਜਾ ਰਹੇ ਨੇ ਇਹ ਮੱਛੀਆਂ ਫੜਨ ਵਾਲੀ ਕਿਸ਼ਤੀ ਜੋ ਕਿ ਲੀਬੀਆ ਤੋਂ ਇਟਲੀ ਨੂੰ ਯਾਤਰੀਆਂ ਨਾਲ ਨੱਕੋ ਨੱਕ ਭਰੀ ਆ ਰਹੀ ਸੀ ਗ੍ਰੀਸ ਨੇੜੇ ਭੂਮਤ ਸਾਗਰ ਦੇਆਂ ਉੱਚੀਆਂ ਲਹਿਰਾਂ ਤੋਂ ਨਾ ਬਚ ਸਕੇ ਜਿਸ ਕਾਰਨ ਸੈਂਕੜੇ ਜ਼ਿੰਦਗੀਆਂ ਦਾ ਵਰਤਮਾਨ ਧੁੰਦਲਾ ਹੋ ਗਿਆ ਲੀਬੀਆ ਤੋਂ ਇਟਲੀ ਦੀ ਇਹ ਯਾਤਰਾ 725 ਕਿਲੋਮੀਟਰ ਦੀ ਹੈ ਜਿਹੜੀ ਕਿ ਕਦੀ ਨਾ ਮੁੱਕਣ ਵਾਲੀ ਯਾਤਰਾ ਬਣ ਗਈ ਹੈ ਗ੍ਰੀਸ ਨੇੜੇ ਸਮੁੰਦਰੀ ਹਾਸੇ ਦਾ ਸ਼ਿਕਾਰ ਹੋਈ ਕਿਸ਼ਤੀ ਵਿੱਚ 500 ਤੋਂ ਵੱਧ ਮੌਤਾਂ ਦਾ ਖਤਸ਼ਾ ਸੀ ਇਟਾਲੀਅਨ ਨੇਵੀ ਸ਼ਿਪਤੇ ਗ੍ਰੀਸ ਸਹਾਇਤਾ ਦਲਾਂ ਵੱਲੋਂ ਸਾਂਝਾ ਆਪਰੇਸ਼ਨ ਵੀ ਜਾਰੀ ਕੀਤਾ ਗਿਆ ਸੀ ਤਾਂ ਜੋ ਲਾਪਤਾ ਲੋਕਾਂ ਨੂੰ ਬਚਾਇਆ ਜਾ ਸਕੇ ਇਥੇ ਇਹ ਜ਼ਿਕਰ ਯੋਗ ਹੈ ਕਿ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੂਸਰੇ ਦੇਸ਼ਾਂ ਦੇ ਵਿੱਚ ਦਾਖਲ ਹੋਣ ਦੇ ਲਈ ਆਪਣੀ ਜ਼ਿੰਦਗੀ ਅਕਸਰ ਦਾਅ ਤੇ ਲਾਉਂਦੇ ਰਹਿੰਦੇ ਨੇ ਤੇ ਆਏ ਦਿਨ ਖਬਰਾਂ ਆਉਂਦੀਆਂ ਨੇ ਕਿ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਸਮੁੰਦਰਾਂ ਦੇ ਵਿੱਚ ਡੁੱਬ ਜਾਂਦੇ ਨੇ ਅਮਰੀਕਾ ਨਵਯਾਨ ਯੋਗ H1B ਵੀਜ਼ਾ ਦੀ ਸ਼ੁਰੂਆਤ ਕਰਨ ਵਾਲਾ ਅਤੇ ਮਹੱਤਵਪੂਰਨ ਫੈਸਲਾ ਦੇਸ਼ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਇੱਥੇ ਰਹਿਣ 'ਚ ਮਦਦ ਕਰਨਗੇ ਅਤੇ ਉਹਨਾਂ ਨੂੰ ਆਪਣੇ ਵਰਕ ਵੀਜ਼ਾ ਦੀ ਨਵੀਨੀ ਕਰਨ ਦੇ ਲਈ ਦੇਸ਼ ਦੀ ਯਾਤਰਾ ਨਹੀਂ ਕਰਨੀ ਪੈਗੀ ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋ ਵਾਈਡਨ ਵਿਚਾਲੇ ਵੀਰਵਾਰ ਨੂੰ ਵਾਈਟ ਹਾਊਸ ਵਿੱਚ ਹੋਣ ਵਾਲੀ ਦੁਵੱਲੀ ਬੈਠਕ ਤੋਂ ਪਹਿਲਾਂ ਇਹ ਪਹਿਲ ਕੀਤੀ ਗਈ ਹੈ H1B ਵੀਜ਼ਾ ਇੱਕ ਪਰਵਾਸੀ ਵੀਜ਼ਾ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੀ ਆਗਿਆ ਦਿੰਦਾ ਹੈ ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚਾਈਨਾ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਅਮਰੀਕਾ ਲਿਆਉਣ ਦੇ ਲਈ ਇਸ ਤੇ ਨਿਰਭਰ ਕਰਦੀਆਂ ਨੇ ਅਮਰੀਕਾ ਨੇ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ 2 ਲੱਖ ਵੀਜ਼ਾ ਜਾਰੀ ਕੀਤਾ ਸੀ ਜੋ ਕਿ ਇੱਕ ਰਿਕਾਰਡ ਹੈ ਪਿਛਲੇ ਸਾਲ ਇਸ ਗਿਣਤੀ 'ਚ 20% ਵਾਧਾ ਹੋਣ ਦੇ ਨਾਲ ਅਮਰੀਕਾ 'ਚ ਸਭ ਤੋਂ ਵੱਧ ਗਿਣਤੀ ਵਾਲੇ ਵਿਦੇਸ਼ੀ ਵਿਦਿਆਰਥੀ ਭਾਈਚਾਰਾ ਵਧਣ ਦੀ ਦਿਸ਼ਾ 'ਚ ਨੇ ਉਹ ਅੱਗੇ ਵਧ ਰਹੇ ਨੇ ਦੂਸਰੀ ਚੀਜ਼ ਇਹ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਇਸ ਸਾਲ ਦੇ ਅਖੀਰ 'ਚ ਕੁਝ ਵਿਸ਼ੇਸ਼ ਤਰ੍ਹਾਂ ਦੇ ਟੈਂਪਰੇਰੀ ਵਰਕ ਵੀਜ਼ਾ ਦੇ ਅਮਰੀਕਾ 'ਚ ਨਵੀਨੀਕਰਨ ਕਰਨ ਦੀ ਸ਼ੁਰੂਆਤ ਕਰਨ ਵਾਲਾ ਹੈ ਇਸ ਵਿੱਚ H1B ਅਤੇ L1 ਵੀਜ਼ਾ ਧਾਰਕਾਂ ਦੀ ਗਿਣਤੀ ਲਈ ਇਸ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਭਾਰਤੀ ਨਾਗਰਿਕਾਂ ਨੂੰ ਸ਼ਾਮਲ ਕੀਤਾ ਜਾਏਗਾ ਅਧਿਕਾਰੀ ਨੇ ਕਿਹਾ ਕਿ ਇਹ ਭਾਰਤ ਦੇ ਲੋਕਾਂ ਲਈ ਅਮਰੀਕਾ ਦੇ ਲੋਕਾਂ ਲਈ ਸਾਡੇ ਕਾਰੋਬਾਰਾਂ ਲਈ ਅਸਲ ਵਿੱਚ ਚੰਗਾ ਹੈ 2024 ਤੱਕ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਆਪਰਵਾਸੀ ਵੀਜ਼ਾ ਵਿਸ਼ੇਸ਼ ਤੌਰ ਤੇ H1B ਵੀਜ਼ਾ ਅਮਰੀਕਾ ਦੇ ਅੰਦਰ ਹੀ ਨਵੀਨੀਕਰਨ ਕੀਤਾ ਜਾ ਸਕਦਾ ਸੀ ਇਸ ਤੋਂ ਬਾਅਦ H1B ਵੀਜ਼ਾ ਧਾਰਕ ਵਿਦੇਸ਼ੀ ਟੈਕਨੋਲੋਜੀ ਕਰਮਚਾਰੀਆਂ ਨੂੰ ਆਪਣੇ ਪਾਸਪੋਰਟ ਅਤੇ H1B ਦੇ ਮਿਆਦ ਵਧਾਏ ਜਾਣ ਦੀ ਮੋਹਰ ਲਗਵਾਉਣ ਦੇ ਲਈ ਆਪਣੇ ਦੇਸ਼ 'ਚ ਜਾਣਾ ਪੈਂਦਾ ਹੈ H1B ਵੀਜ਼ਾ ਇੱਕ ਵਾਰ 3 ਸਾਲ ਦੀ ਮਿਆਦ ਲਈ ਜਾਰੀ ਕੀਤਾ ਜਾਂਦਾ ਹੈ ਟੈਟੈਕਸ ਕੈਨੇਡਾ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਕ ਕੈਨੇਡਾ 'ਚ ਲਗਾਤਾਰ ਪ੍ਰਵਾਸੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਰਿਪੋਰਟ ਦੇ ਮੁਤਾਬਕ ਇੱਥੇ ਬਗੈਰ ਪੀਆਰ ਜਾਨੀ ਕੱਚੇ ਪ੍ਰਵਾਸੀਆਂ 'ਚ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਭਾਰਤੀਆਂ ਦੀ ਹੈ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ ਵਿੱਚ ਮੌਜੂਦ ਕੱਚੇ ਪ੍ਰਵਾਸੀਆਂ 'ਚੋਂ 28.5% ਭਾਰਤੀ ਨੇ ਤੇ 10.5% ਚੀਨ ਨਾਲ ਸੰਬੰਧਿਤ ਨੇ 2021 ਦੀ ਮਰਦੂ ਸ਼ਮਾਰੀ ਦੇ ਮੁਤਾਬਕ ਕੈਨੇਡਾ ਵਿੱਚ ਕੱਚੇ ਪ੍ਰਵਾਸੀਆਂ ਦੀ ਗਿਣਤੀ ਤਕਰੀਬਨ 10 ਲੱਖ ਦਰਜ ਕੀਤੀ ਗਈ ਹੈ ਜੋ ਮੁਲਕ ਦੀ કુલ ਆਬਾਦੀ ਦਾ 2.5% ਬਣਦੀ ਹੈ। ਦੱਸ ਦੇ ਕਿ ਕੈਨੇਡਾ ਨੇ ਬੀਤੇ ਦਿਨੀ ਮੁਲਕ ਦੀ ਆਬਾਦੀ 4 ਕਰੋੜ ਤੋਂ ਟੱਪ ਗਈ ਹੈ ਅਤੇ 1957 ਤੋਂ ਬਾਅਦ ਇੱਕ ਸਾਲ ਦੇ ਸਮੇਂ ਦੌਰਾਨ ਸਭ ਤੋਂ ਤੇਜ਼ ਵਾਤਾ ਹੋਇਆ। ਅੰਕੜੇ ਦੱਸਦੇ ਨੇ ਕਿ ਬਗੈਰ ਪੀਆਰ ਵਾਲੇ ਪ੍ਰਵਾਸੀ ਕੈਨੇਡਾ ਵਿੱਚ ਪੱਕਿਆਂ ਨਾਲ ਘੱਟ ਉਮਰ ਵਾਲੇ ਨੇ 10 ਵਿੱਚੋਂ 6 ਕੱਚੇ ਪ੍ਰਵਾਸੀਆਂ ਦੀ ਉਮਰ 20 ਤੋਂ 34 ਸਾਲ ਦੇ ਦਰਮਿਆਨ ਹੈ। ਕੱਚੇ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਵਰਗ ਦਾ ਜ਼ਿਕਰ ਕੀਤਾ ਜਾਏ ਤਾਂ ਵਰਕ ਪਰਮਿਟ ਵਾਲੇ ਸਭ ਤੋਂ ਵੱਧ ਨੇ। ਅੰਕੜਿਆਂ ਦੇ ਮੁਤਾਬਕ ਕੱਚੇ ਪ੍ਰਵਾਸੀਆਂ 'ਚੋਂ 40% ਤੋਂ ਵੱਧ ਵਰਕ ਪਰਮਿਟ ਤੇ ਕੈਨੇਡਾ 'ਚ ਰਹਿ ਰਹੇ ਨੇ, ਜਦਕਿ ਸਟੱਡੀ ਵੀਜ਼ਾ ਵਾਲਿਆਂ ਦੀ ਗਿਣਤੀ 22% ਬਣਦੀ ਹੈ। ਇਮੀਗ੍ਰੇਸ਼ਨ ਮਾਇਰਾਂ ਦਾ ਕਹਿਣਾ ਹੈ ਕਿ ਪ੍ਰਵਾਸੀ 1 ਸਾਲ ਤੋਂ 3 ਸਾਲ ਤੱਕ ਵਰਕ ਪਰਮਿਟ ਲੈ ਕੇ ਕੈਨੇਡਾ ਆ ਰਹੇ ਨੇ। ਦੂਜੇ ਪਾਸੇ 2 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਕੁਮਾਂਤਰੀ ਵਿਦਿਆਰਥੀਆਂ ਨੂੰ ਵੀ ਵਰਕ ਪਰਮਿਟ ਮਿਲ ਜਾਂਦਾ ਹੈ। ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਬੀਤੇ ਸਾਲ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮਤਾਬਕ 2015 ਤੋਂ 2021 ਦੇ ਦਰਮਿਆਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 13 ਲੱਖ ਤੋਂ ਵੱਧ ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜਿਨ੍ਹਾਂ ਚੋਂ 484000 ਵੀਜ਼ਾ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਇਹ કુલ ਅੰਕੜਿਆਂ ਦਾ 37% ਬਣਦਾ ਹੈ ਦੂਜੇ ਪਾਸੇ ਪਨਾਹ ਮੰਗਣ ਵਾਲਿਆਂ ਚ ਨਾਈਜੀਰੀਆ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਵੱਡੀ ਗਿਣਤੀ ਵਿੱਚ ਕੱਚੇ ਪ੍ਰਵਾਸੀਆਂ ਦੀ ਮੌਜੂਦਗੀ ਦੇ ਬਾਵਜੂਦ ਇਹਨਾਂ ਦੇ ਹੁਨਰ ਦੀ ਟੁਕਵੀ ਵਰਤੋਂ ਨਹੀਂ ਕੀਤੀ ਜਾ ਰਹੀ ਅਤੇ ਉੱਚ ਸਿੱਖਿਆ ਪ੍ਰਾਪਤ ਹੋਣ ਦੇ ਬਾਵਜੂਦੇ ਕਾਮ ਘਟ ਯੋਗਤਾ ਵਾਲੇ ਕਿੱਤਿਆਂ 'ਚ ਲੱਗੇ ਹੋਏ ਨੇ ਕੱਚੇ ਪ੍ਰਵਾਸੀਆਂ 'ਚ ਅਜਿਹੇ ਲੋਕਾਂ ਦੀ ਗਿਣਤੀ 23.7% ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਟੈਕਸਸ ਤੋਂ ਕੈਲੀਫੋਰਨੀਆ ਦੀ ਰਾਜਧਾਨੀ ਸੇਕਰਾਮੈਂਟੋ ਲਿਆਂਦੇ ਪ੍ਰਵਾਸੀ ਜੋ ਅਮਰੀਕਾ 'ਚ ਸ਼ਰਨ ਲੈਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੁਝ ਲੋਕਾਂ ਨੇ ਗੁੰਮਰਾਹ ਕੀਤਾ ਹੈ ਉਹਨਾਂ ਨੇ ਸਾਨੂੰ ਕੰਮ ਤੇ ਰਿਹਾਇਸ਼ ਦੇਣ ਦਾ ਵਾਅਦਾ ਕਰਕੇ ਕੈਲੀਫੋਰਨੀਆ ਜਾਣ ਲਈ ਮਨਾ ਲਿਆ ਸੀ ਇੱਕ ਗੈਰ ਮੁਨਾਫਾ ਸੰਸਥਾਪਿਕੋ ਕੈਲੀਫੋਰਨੀਆ ਨਾਲ ਕੰਮ ਕਰਦੇ ਡਾਇਰੈਕਟਰ ਕਨਪੇਜ਼ ਐਡੀ ਅਨੁਸਾਰ 36 ਪ੍ਰਵਾਸੀਆਂ ਨੂੰ ਟੈਕਸਸ ਤੋਂ ਨਿਊ ਮੈਕਸੀਕੋ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਦੋ ਨਿੱਜੀ ਚਾਰਟਰਡ ਉਡਾਣਾਂ ਰਾਹੀਂ 2 ਜੂਨ ਤੇ 5 ਜੂਨ ਨੂੰ ਕੈਲੀਫੋਰਨੀਆ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਪ੍ਰਵਾਸੀ ਵੈਨਜ਼ੁਏਲਾ ਤੇ ਕੋਲੰਬੀਆ ਤੋਂ ਨੇ ਜਦਕਿ ਕੁਝ ਪ੍ਰਵਾਸੀ ਮੈਕਸੀਕੋ ਕੋਆਟੇਮਾਲਾ ਨਿਕਾਰਾਗਵਾ ਤੋਂ ਨੇ 34 ਸਾਲਾ ਵੈਨਜ਼ੂਏਲਾ ਦੇ ਇੱਕ ਪ੍ਰਵਾਸੀ ਜਿਸ ਨੇ ਕਾਨੂੰਨੀ ਕਾਰਨਾ ਕਰਕੇ ਆਪਣਾ ਨਾਮ ਨਹੀਂ ਦੱਸਿਆ ਉਸਨੇ ਕਿਹਾ ਕਿ ਅਸੀਂ ਇੱਥੇ ਆਏ ਹਾਂ ਕਿਉਂਕਿ ਸਾਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਸਾਡੇ ਨਾਲ ਉਹਨਾਂ ਲੋਕਾਂ ਨੇ ਧੋਖਾ ਕੀਤਾ ਜਿਨ੍ਹਾਂ ਨੇ ਸਾਨੂੰ ਹਵਾਈ ਉਡਾਣਾ ਵਹैया ਕਰਵਾਈਆਂ ਉਹਨਾਂ ਨੇ ਸਾਨੂੰ ਨੌਕਰੀ ਤੇ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਕੈਲੀਫੋਰਨੀਆ ਟਾਰਨੀ ਜਰਨਲ ਦੇ ਦਫ਼ਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਵਾਸੀ ਟੈਕਸਾਸ ਤੋਂ ਆਏ ਨੇ ਪਰ ਉਹਨਾਂ ਕੋਲ ਦਸਤਾਵੇਜ਼ ਕਥਿਤ ਤੌਰ ਤੇ ਫਲੋਰੀਡਾ ਸਰਕਾਰ ਦੇ ਨੇ ਕਾਗਜ਼ ਪੱਤਰ ਵੈਟਰੋਲ ਸਿਸਟਮਸ ਕੰਪਨੀ ਇਨਕ ਨਾਲ ਸੂਚੀਬੱਧ ਨੇ ਜਿਸ ਕੰਪਨੀ ਨੇ ਪ੍ਰਵਾਸੀਆਂ ਨੂੰ ਉਡਾਣਾ ਮਹੱਈਆ ਕਰਵਾਉਣ ਦੇ ਲਈ ਠੇਕੇਦਾਰ ਵਜੋਂ ਕੰਮ ਕੀਤਾ ਦੂਜੇ ਪਾਸੇ ਫਲੋਰੀਡਾ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਆਪਣਾ ਪਹਿਲਾ ਵਾਲਾ ਬਿਆਨ ਦੁਹਰਾਇਆ ਤੇ ਕਿਹਾ ਕਿ ਪ੍ਰਵਾਸੀ ਆਪਣੀ ਇੱਛਾ ਅਨੁਸਾਰ ਸੈਕਰਮੈਂਟੋ ਆਏ ਤੇ ਉਹਨਾਂ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਗਈ ਗੈਰ ਪ੍ਰਵਾਸੀਆਂ ਦੇ ਵਿਰੁੱਧ ਛਾਪੇਮਾਰੀ ਮਹਿਮ ਦੇ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਵੀ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ 20 ਦੇਸ਼ਾਂ ਦੇ 105 ਲੋਕ ਗ੍ਰਿਫਤਾਰ ਕੀਤੇ ਗਏ। ਪ੍ਰਧਾਨ ਮੰਤਰੀ ਰਿਸ਼ੀ ਸੁੰਕ ਇਸ ਹਫਤੇ ਦੇ ਸ਼ੁਰੂ ਚ ਛਾਪੇਮਾਰੀ ਦੌਰਾਨ ਉੱਤਰੀ ਲੰਡਨ ਦੇ ਬ੍ਰਾਂਡ ਚ ਕੀਤੇ ਛਾਪੇਮਾਰੀ ਦੌਰਾਨ ਹਾਜ਼ਰ ਰਹੇ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਕੀਤੀ ਗਈ ਇਸ ਛਾਪੇਮਾਰੀ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਣ ਦੀ ਮਹਿਮ ਵਜੋਂ ਦਿਖਿਆ ਜਾ ਰਿਹਾ ਜਿਸ ਵਾਰ ਸਰਕਾਰ ਸਮੇਂ-ਸਮੇਂ ਦਾਅਵੇ ਕਰਦੀ ਰਹੀ ਹੈ ਗ੍ਰਹਿ ਮੰਤਰੀ ਨੇ ਕਿਹਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰ ਰਹੇ ਇਹਨਾਂ ਲੋਕਾਂ ਕਰਕੇ ਇਮਾਨਦਾਰੀ ਨਾਲ ਮਿਹਨਤ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਦਾ ਹੈ ਟੈਕਸ ਦਾ ਭੁਗਤਾਨ ਨਹੀਂ ਹੁੰਦਾ ਜੋ ਜਨਤਕ ਖਜ਼ਾਨੇ ਨਾਲ ਧੋਖਾ ਹੈ ਭਾਰਤੀ ਮੂਲ ਦੀ ਯੂਨਾਈਟਿਡ ਕਿੰਗਡਮ ਦੀ ਗ੍ਰਹਿ ਮੰਤਰੀ ਸੋਹਿਲਾ ਨੇ ਕਿਹਾ ਕਿ ਸਾਡੇ ਕਾਨੂੰਨ ਸਿਵਾਵਾ ਦੇ ਨਿਯਮਾਂ ਲਈ ਪਾਬੰਦ ਨੇ 159 ਠਿਕਾਣਿਆਂ ਤੇ ਕੀਤੀ ਗਈ ਛਾਪੇਮਾਰੀ ਦੌਰਾਨ 105 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀਆਂ ਕਾਰਾਂ ਧੋਣ ਵਾਲੇ ਕੇਂਦਰਾਂ, ਬਿਊਟੀ ਪਾਰਲਰ, ਵਾਲ ਕੱਟਣ ਵਾਲੀਆਂ ਦੁਕਾਨਾਂ ਸਮੇਤ ਵੱਖ-ਵੱਖ ਥਾਵਾਂ ਤੇ ਕੀਤੀ ਗਈ ਸੀ। ਬ੍ਰਿਟੇਨ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਦੇਸ਼ ਵਿਆਪੀ ਮਹੀਮ ਚਲਾਈ ਜਾ ਰਹੀ ਹੈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਇਨਫੋਰਸਮੈਂਟ ਅਫਸਰ ਅਤੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਵੀ ਇਸ ਛਾਪੇਮਾਰੀ ਚੀਜ਼ਾਂ ਦਾ ਲਿਆ ਸੀ ਉਹਨਾਂ ਨੇ 2023 ਦੀ ਪਹਿਲੀ ਤਿਮਾਹੀ ਵਿੱਚ ਲਗਭਗ 1303 ਇਨਫੋਰਸਮੈਂਟ ਦੌਰੇ ਕੀਤੇ ਸੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 57% ਵਾਧਾ ਹੈ ਇਸ ਦੇ ਨਾਲ ਹੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਗ੍ਰਿਫਤਾਰੀਆਂ ਦੁੱਗਣੀਆਂ ਹੋ ਗਈਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਵਿਚਾਲੇ ਦੋਵਾਂ ਮੁਲਕਾਂ ਨੇ ਕੇਈ ਸਮਝੌਤੇ ਕੀਤੇ ਵਾਈਟ ਹਾਊਸ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਭਾਰਤ ਵਿੱਚ ਆਪਣੇ ਦੋ ਨਵੇਂ ਸਫਰਾਤਖਾਨੇ ਬੈਂਗਲੁਰੂ ਅਤੇ ਅਹਮਦਾਬਾਦ ਵਿੱਚ ਖੋਲੇਗਾ ਅਤੇ ਭਾਰਤ ਅਮਰੀਕਾ ਦੇ ਸੀਆਟਲ ਸ਼ਹਿਰ ਵਿਖੇ ਆਪਣਾ ਨਵਾਂ ਸਫਰਾਤਖਾਨਾ ਜਾਨਕੀ ਐਂਬੈਸੀ ਖੋਲੇਗਾ ਜਦੋਂ ਹੀ ਲੋਕਾਂ ਨੂੰ ਇਸ ਦੀ ਖਬਰ ਮਿਲੀ ਤਾਂ ਲੋਕਾਂ ਚ ਖੁਸ਼ੀ ਦੀ ਲਹਿਰ ਦੌੜ ਗਈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਵੱਡੀ ਗਿਣਤੀ ਦੇ ਵਿੱਚ ਵਸਦੇ ਭਾਰਤੀ ਲੋਕਾਂ ਦੀ ਇਹ ਮੰਗ ਸੀਗੀ ਕਿ ਸਿਆਟਲ ਵਿੱਚ ਭਾਰਤੀ ਅੰਬੈਸੀ ਖੋਲੀ ਜਾਏ ਕਿਉਂਕਿ ਲੋਕਾਂ ਨੂੰ ਆਪਣੇ ਪਾਸਪੋਰਟ ਤੇ ਵੀਜ਼ਾ ਆਜਾ ਹੋਰ ਕੰਮਾਂ ਦੇ ਲਈ ਕੈਲੀਫੋਰਨੀਆ ਦੇ ਸਾਨ ਫਰਾਂਸਿਸਕੋ ਵਿਖੇ ਭਾਰਤੀ ਅੰਬੈਸੀ ਜਾਣਾ ਪੈਂਦਾ ਸੀ ਪੰਜਾਬ ਚ ਇੱਕ ਪਾਸੇ ਜਿੱਥੇ ਆਇਲਜ਼ ਕੇਂਦਰਾਂ ਅੱਗੇ ਕਤਾਰਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਨੇ ਉੱਥੇ ਦੂਜੇ ਪਾਸੇ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਇਸ ਫਰਕ ਤੇ ਵਿਦੇਸ਼ ਜਾਣ ਦੀ ਵੱਧਦੀ ਖੁਆਇਸ਼ ਨੇ ਕਈ ਕਾਲਜਾਂ ਨੂੰ ਲਗਭਗ ਖਾਲੀ ਕਰ ਦਿੱਤਾ ਕਾਲਜ ਪ੍ਰਿੰਸੀਪਲਸ ਦਾ ਕਹਿਣਾ ਹੈ ਕਿ ਕਾਲਜ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਿਛਲੇ 5-6 ਸਾਲਾਂ 'ਚ 15 ਤੋਂ 40% ਦਾ ਵਾਧਾ ਦੇਖਿਆ ਗਿਆ ਮਾਸਟਰਸ ਪੱਧਰ ਦੇ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਇੰਨੇ ਘਟਨੇ ਕਿ ਕਈ ਕਾਲਜਾਂ ਨੂੰ ਇਹ ਕਲਾਸਾਂ ਬੰਦ ਕਰਨੀਆਂ ਪਈਆਂ ਮਿਸਾਲ ਵਜੋਂ ਨਕੋਦਰ ਦਾ ਗੁਰੂ ਨਾਨਕ ਨੈਸ਼ਨਲ ਕਾਲਜ ਜੋ ਕਿ 1969 ਤੋਂ ਚੱਲ ਰਿਹਾ ਵਿਦਿਆਰਥੀਆਂ ਦੀ ਗਿਣਤੀ ਇਸ ਵੇਲੇ ਕਰੀਬ ਉੱਥੇ 500 ਹੈ ਜੋ ਕਿਸੇ ਵੇਲੇ 1500 ਤੋਂ ਵੱਧ ਹੁੰਦੀ ਸੀ ਪਿਛਲੇ ਸਾਲ 2200 ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕੋਰਸਾਂ ਦੇ ਵਿੱਚ ਪਹਿਲੇ ਸਾਲ ਵਿੱਚ ਦਾਖਲਾ ਲਿਆ ਸੀ ਜਦਕਿ ਦੂਜੇ ਸਾਲ ਇਹ ਗਿਣਤੀ 125 ਰਹਿ ਗਈ ਸੀ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀ ਇਹ ਕਹਿ ਕੇ ਦਾਖਲਾ ਲੈਂਦੇ ਨੇ ਕਿ ਵੀਜ਼ਾ ਆਉਣ ਤੇ ਉਹ ਕੋਰਸ ਛੱਡ ਦੇਣਗੇ ਇਸੇ ਤਰ੍ਹਾਂ ਬੀ ਡੀ ਆਰ ਯਾ ਕਾਲਜ ਦੀ ਵਿਦਿਆਰਥੀਆਂ ਦੀ ਗਿਣਤੀ 300 ਹੀ ਹੈ ਕਾਲਜ ਪ੍ਰਸ਼ਾਸਨ ਨੇ ਦਾਖਲਾ ਨਾ ਹੋਣ ਕਰਕੇ ਮਾਸਟਰਸ ਬੰਦ ਕਰ ਦਿੱਤੀ ਹੈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਤੇ ਹਾਲ ਹੀ ਵਿੱਚ ਕੇਂਦਰੀ ਸਿੱਖਿਆ ਮੰਤਰੀ ਨੂੰ ਵੀ ਮਿਲੇ ਸਨ ਇਸੇ ਤਰ੍ਹਾਂ ਹੀ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਕਾਲਜ ਇਦਾਂ ਦੇ ਨੇ ਜਿੱਥੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਤੇ ਆਇਲ ਸੈਂਟਰਾਂ ਦੇ ਵਿੱਚ ਜਿਹੜਾ ਦਾਖਲਾ ਹੈ ਉਹ ਲਗਾਤਾਰ ਫੱਟ ਰਿਹਾ ਹੈ ਗ੍ਰੀਸ ਵਿੱਚ ਪਿਛਲੇ ਹਫਤੇ ਹੋਈ ਭਿਆਨਕ ਕਿਸ਼ਤੀ ਹਾਦਸੇ ਦੇ ਵਿੱਚ ਘੱਟੋ ਘੱਟ 3 ਪਾਕਿਸਤਾਨੀ ਸ਼ਰਨਾਰਥੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ ਇਸ ਦੇ ਨਾਲ ਹੀ ਇਸ ਭਿਆਨਕ ਖਾਤਿਰ ਤਬਾਹ ਦੇਸ਼ ਤੇ ਸਮਾਜ ਸੇਵੀਆਂ ਨੇ ਸਵਾਲ ਚੱਕਿਆ ਕਿ ਦੇਸ਼ ਦੀਆਂ ਮਾੜੀਆਂ ਨੀਤੀਆਂ ਤੇ ਬਰਬਾਦ ਹੋਈ ਆਰਥਿਕਤਾ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਪਾਕਿਸਤਾਨੀਆਂ ਨੂੰ ਸ਼ਰਨਾਰਥੀ ਬਣ ਕੇ ਦੂਜੇ ਦੇਸ਼ਾਂ ਦੇ ਵਿੱਚ ਸ਼ਰਨ ਲੈਣ ਦੇ ਲਈ ਜਾਨ ਦੀ ਬਾਜ਼ੀ ਲਾਉਣੀ ਪੈ ਰਹੀ ਹੈ। ਇੱਥੇ ਗ੍ਰੀਸ ਕਿਸ਼ਤੀ ਹਾਦਸੇ ਦੇ ਵਿੱਚ 4 ਦਿਨ ਬਾਅਦ ਵੀ ਰਾਹਤ ਤੇ ਬਚਾਅ ਕਾਰਜ ਪਿਛਲੇ ਹਫ਼ਤੇ ਜਾਰੀ ਰਹੇ ਸਨ। ਇਸ ਕਿਸ਼ਤੀ ਦੇ ਵਿੱਚ 750 ਤੋਂ ਵੱਧ ਲੋਕ ਸਵਾਰ ਸੀ। ਨਾਲ ਦੇ ਨਾਲ ਅਧਿਕਾਰੀਆਂ ਨੇ ਦੱਸਿਆ ਜਿਗਾ ਕਿ ਕੁਝ ਲੋਕਾਂ ਨੂੰ ਜਿੰਦਾ ਵੀ ਬਚਾਇਆ ਜਾ ਸਕਿਆ ਸੀ। ਕ੍ਰੀਸ ਵਿੱਚ ਹਾਲ ਹੀ ਵਿੱਚ ਵਾਪਰੇ ਭਿਆਨਕ ਕਿਸ਼ਤੀ ਹਾਦਸੇ ਤੋਂ ਬਾਅਦ ਮਨੁੱਖੀ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਪਾਕਿਸਤਾਨ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਘੱਟੋ-ਘੱਟ 12 ਸ਼ੱਕੀ ਮਨੁੱਖੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਮੰਗਲਵਾਰ ਦੇਰ ਰਾਤ ਗਰੀਸ ਦੇ ਤੱਟ ਤੇ 750 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਡੁੱਬ ਗਈ ਮੰਨਿਆ ਜਾ ਰਿਹਾ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਚ ਕਈ ਪਾਕਿਸਤਾਨੀ ਵੀ ਸੀ ਪਰ ਉਹਨਾਂ ਦੀ ਸਹੀ ਗਿਣਤੀ ਕੁਝ ਲੋਕ ਕਹਿ ਰਹੇ ਨੇ ਪਤਾ ਲੱਗ ਗਈ ਹੈ ਤੇ ਕੁਝ ਕਹਿ ਰਹੇ ਨੇ ਪਤਾ ਨਹੀਂ ਲੱਗ ਸਕਿਆ ਤੇ ਘੱਟੋ-ਘੱਟ 12 ਪਾਕਿਸਤਾਨੀ ਜ਼ਿੰਦਾ ਮਿਲੇ ਸੀ ਇਸ ਘਟਨਾ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਯੂਰੋਪੀ ਦੇਸ਼ਾਂ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀਆਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਐਤਵਾਰ ਨੂੰ ਮਨੁੱਖੀ ਤਸਕਰਾਂ ਖਿਲਾਫ ਕਾਰਵਾਈ ਦੇ ਹੁਕਮ ਵੀ ਦਿੱਤੇ ਸੀ। ਇਸ ਕਿਸ਼ਤੀ ਹਾਦਸੇ ਦੇ ਪੀੜਤਾਂ ਲਈ ਦੇਸ਼ ਵਿੱਚ ਇੱਕ ਦਿਨ ਦੇ ਸੋਗ ਦਾ ਐਲਾਨ ਵੀ ਕੀਤਾ ਗਿਆ ਸੀ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਇੱਕ ਛੋਟੇ ਦੇ ਅਧਿਕਾਰੀ ਨੇ ਕਿਹਾ ਉਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਤੋਂ ਘੱਟੋ-ਘੱਟ 12 ਸ਼ੱਕੀ ਮਨੁੱਖੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਇੱਕ ਵਿਅਕਤੀ ਸ਼ਾਮਲ ਹੈ ਜੋ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਉਡਾਣ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਡਿਪਟੀ ਇਨਸਪੈਕਟਰ ਜਨਰਲ ਆਲਮ ਨੇ ਕਿਹਾ ਕਿ ਲੋਕ ਪੱਛਮੀ ਏਸ਼ੀਆ ਅਤੇ ਅਫਰੀਕਾ ਰਾਹੀਂ ਪਾਕਿਸਤਾਨੀਆਂ ਨੂੰ ਯੂਰਪ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਨੇ ਅਤੇ ਇਹਨਾਂ ਵਿੱਚੋਂ ਕੁਝ ਮੁਲਜ਼ਮ ਉਸ ਕਿਸ਼ਤੀ ਵਿੱਚ ਪਾਕਿਸਤਾਨੀਆਂ ਨੂੰ ਭੇਜਣ ਵਿੱਚ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਗ੍ਰੀਸ ਪਹੁੰਚਣਾ ਸੀ ਸ਼ਨੀਵਾਰੀ ਨੇ ਕਿਹਾ ਕਿ ਜਾਂਚ ਨੇ ਪੁਸ਼ਟੀ ਕੀਤੀ ਹੈ ਕਿ ਕਿਸ਼ਤੀ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਚਰਹੋਈ ਅਤੇ ਖੁਰੈ ਰਾਟਾ ਤੋਂ 21 ਪਾਕਿਸਤਾਨੀ ਨਾਗਰਿਕ ਵੀ ਸਨ। ਇਸਨੂੰ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਬਰ ਅਨਕੋਰ ਮਾਨੁਧਿਵਾਕਿਆ ਤੇ ਸਾਡਾ YouTube ਚੈਨਲ ਪੰਜਾਬ ਮੀਲ US ਦੀ TV ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ।